ਜਿਸ ਵਿੱਚ ਦੱਸਿਆ ਗਿਆ ਹੈ ਕਿ ਨਗਰ ਕੌਂਸਲ ਦੀ ਸਫਾਈ ਸੇਵਕਾਂ ਦੀ ਤਨਖਾਹ 6-6 ਮਹੀਨਿਆਂ ਦੀ ਤਨਖਾਹ ਰੁਕੀ ਹੋਈ ਹੈ। ਉਹਨਾਂ ਨੇ ਇਹ ਵੀ ਦੱਸਿਆ, ਨਾਲ ਹੀ ਇਹ ਵੀ ਦੱਸਿਆ ਕਿ ਨਾ ਹੀ ਇੱਥੇ ਪ੍ਰਧਾਨ ਅਤੇ ਨਾ ਹੀ ਈਓ ਸਾਹਿਬ ਭਦੌੜ ਦੇ ਨਗਰ ਕੌਂਸਲ ਵਿੱਚ ਦਿਖਾਈ ਦਿੰਦੇ ਨੇ। ਭਦੌੜ ਦੇ ਸਕੱਤਰ ਮੋਹਨ ਲਾਲ ਜਿਨ੍ਹਾਂ ਨੇ ਸਾਨੂੰ ਇਸ ਬਾਰੇ ਪੂਰੀ ਪੂਰੀ ਜਾਣਕਾਰੀ ਦਿੱਤੀ, ਆਓ ਅੱਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਭਦੌੜ ਦੇ ਨਗਰ ਕੌਂਸਲ ਦੇ ਬਾਹਰ ਦਫ਼ਤਰ ਦੇ ਬਾਹਰ ਜੋ ਲੱਗੇ ਗੰਦਗੀ ਦੇ ਢੇਰ, ਉਹਨਾਂ 'ਤੇ ਨਜ਼ਰ ਮਾਰਦੇ ਹਾਂ। ਤੁਸੀਂ ਸਫਾਈ ਸੇਵਕ ਜੁਨੀਅਰ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਹੋ? ਨਹੀਂ ਜੀ, ਪ੍ਰਧਾਨ ਤਾਂ ਰਾਜਕੁਮਾਰ ਹੈ। ਰਾਜਕੁਮਾਰ ਆ, ਤੁਹਾਡੇ ਕੋਲ ਕੀ ਉਹਦਾ ਜੀ? ਮੇਰੇ ਕੋਲ ਤਾਂ ਰੀਜਨਲ ਸਕੱਤਰ ਦਾ ਜੀ, ਬਰਨਾਲਾ ਅਤੇ ਪਟਿਆਲਾ ਰੀਜਨ ਦਾ ਸਕੱਤਰ ਦਾ। ਅੱਛਾ, ਰੀਜਨਲ ਸਕੱਤਰ। ਇਹ ਜਿਹੜਾ ਇੱਥੇ ਗੰਦਗੀ ਪਈ ਹੋਈ ਭਦੌੜ 'ਚ, ਕੀ ਕਾਰਨ ਆਪਣੇ ਸਫਾਈ ਸੇਵਕ ਕੰਮ ਕਿਉਂ ਨਹੀਂ ਕਰ ਰਹੇ? ਇੱਥੇ ਜੀ 7-7 ਮਹੀਨੇ ਹੋ ਗਏ, ਉਹ ਤੋਂ 1 ਮਹੀਨੇ ਦੀ ਤਨਖਾਹ ਮਿਲੀ ਹੈ ਸਰ। ਅੱਛਾ, 7-7 ਮਹੀਨਿਆਂ 'ਚੋਂ 1 ਮਹੀਨੇ ਦੀ ਤਨਖਾਹ ਪਾਈ ਹੈ। ਹੁਣ 7 ਮਹੀਨਿਆਂ 'ਚੋਂ 10,000 ਰੁਪਇਆ ਤਾਂ ਕਿਰਾਏ ਦਾ ਹੋ ਰਿਹਾ, 12-14,000 ਰੁਪਇਆ ਬਿਜਲੀ ਦਾ ਆਇਆ ਹੋਇਆ, 35-35 ਹਜ਼ਾਰ ਰੁਪਇਆ ਬੈਂਕਾਂ ਦਾ ਹੋ ਰਿਹਾ। ਅਸੀਂ ਉਹ 1 ਮਹੀਨੇ ਦੀ ਤਨਖਾਹ ਨੂੰ ਕਿੱਥੇ ਦਈਏ? ਰਾਸ਼ਨ ਵਾਲੇ ਨੂੰ ਕੀ ਦੇਵਾਂਗੇ, ਦੁੱਧ ਵਾਲੇ ਨੂੰ ਜਾਂ ਸਬਜ਼ੀ ਵਾਲੇ ਨੂੰ ਕੀ ਦੇਵਾਂਗੇ? ਕਹਿੰਦਾ ਮਤਲਬ 7 ਮਹੀਨੇ ਦੀ ਤਨਖਾਹ ਤੁਹਾਡੀ ਨਗਰ ਕੌਂਸਲ ਵੱਲ ਸੀਗੀ, ਬਕਾਇਆ ਸੀ, ਅਤੇ 1 ਮਹੀਨੇ ਦੀ ਤੁਹਾਨੂੰ ਦਿੱਤੀ, 6 ਮਹੀਨੇ ਹੀ ਬਕਾਇਆ ਰਹਿ ਗਈ ਜੀ। 6 ਮਹੀਨੇ। ਅੱਛਾ, ਇਹਦਾ ਕਾਰਨ ਕੀ ਦੱਸਦੇ ਜੀ? ਜਿਹੜੇ ਸੰਬੰਧਿਤ ਅਧਿਕਾਰੀ ਆ, ਕਿਸ ਨਾਲ ਗੱਲ ਕੀਤੀ ਹੈ ਤੁਸੀਂ? ਇਹਨਾਂ ਨਾਲ DC ਸਾਹਿਬ ਨੂੰ ਮਿਲਿਆ ਜੀ, ਸਫਾਈ ਕਮਿਸ਼ਨ ਮਾਨਯੋਗ ਆਪਣੇ ਮੰਜੂ ਦਲੇਰ ਜੀ ਆਏ ਸੀ, ਉਹਨਾਂ ਨੂੰ ਮਿਲੇ ਸੀ। ਕੱਲ੍ਹ ਆਏ ਸੀ ਆਪਣੇ ਖੇਤਾ ਰਾਮ ਜੀ, ਚੇਅਰਮੈਨ ਸਫਾਈ ਕਮਿਸ਼ਨ ਪੰਜਾਬ, ਉਹਨੂੰ ਮਿਲਿਆ। ਉਹਨਾਂ ਮੂਹਰੇ ਇਹ ਕਹਿ ਦਿੰਦੇ ਵੀ ਅਸੀਂ 1 ਮਹੀਨੇ ਦੇ ਵਿੱਚ ਇਹਨਾਂ ਦੀ ਤਨਖਾਹ ਪਾ ਦਾਂਗੇ ਜਾਂ 15 ਦਿਨ ਦੇ ਵਿੱਚ ਪਾ ਦਾਂਗੇ, ਪਰ ਅਜੇ ਤੱਕ ਕੋਈ ਇਹਨਾਂ ਨੇ ਪਾਇਆ ਨਹੀਂ। ਜਿਹੜੀ ਨਗਰ ਕੌਂਸਲ ਦੇ ਪ੍ਰਧਾਨ ਹੈਗੇ ਆ ਮੈਡਮ, ਅਤੇ ਜਾਂ ਆਪਣੇ ਈਓ ਸਾਹਿਬ ਹੈਗੇ ਆ, ਉਹਨਾਂ ਨੂੰ ਤੁਸੀਂ ਮਿਲਿਓ? ਉਹ ਆਉਂਦੇ ਹੀ ਨੇ, ਨਾ ਈਓ ਆਉਂਦਾ ਨਾ ਪ੍ਰਧਾਨ ਬਣਦਾ ਜੀ ਉਰੇ। ਉਹ ਪ੍ਰਧਾਨ ਤਾਂ ਐਂ ਕਹਿੰਦਾ ਮੇਰੇ ਤਾਂ ਹੱਥ ਖੜੇ ਆ। ਅੱਛਾ, ਪ੍ਰਧਾਨ ਕਹਿੰਦਾ ਮੇਰੇ ਹੱਥ ਖੜੇ ਆ? ਮੇਰੇ ਹੱਥ ਖੜੇ ਆ। ਅੱਛਾ, ਅਤੇ ਈਓ ਨੇ ਉਸ ਤੋਂ ਪਹਿਲਾਂ ਕਦੇ ਆਇਆ ਸੀ, ਤੁਸੀਂ ਗੱਲ ਕੀਤੀ ਸੀ? ਉਹਨਾਂ ਕੀ ਕਹਿੰਦਾ ਸੀ? ਪਹਿਲਾਂ ਜੀ ਆਇਆ ਸੀ ਆਪਣੇ 18 ਤਰੀਕ ਨੂੰ ਆਇਆ ਸੀ, 18 ਨੂੰ ਆਇਆ ਸੀ, 18 ਦਸੰਬਰ ਨੂੰ। ਹਾਂਜੀ, 18 ਦਸੰਬਰ ਨੂੰ। ਅੱਛਾ, ਉਹਦੇ ਨਹੀਂ ਆਇਆ ਸੀ, ਉਹਦੇ ਨੇ ਇਹਨਾਂ ਨੇ ਉਹ ਮੀਟਿੰਗ ਆਪਣੇ 20 ਤਰੀਕ ਨੂੰ ਮੰਜੀ ਦਲੇਰ ਸਾਹਿਬ ਨੇ ਆਉਣਾ ਸੀਗਾ, ਅਤੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਕੋਈ ਮੰਗੀ ਸੀ DC ਸਾਹਿਬ ਨੇ, ਉਹ ਮੰਗ ਪੱਤਰ ਲੈ ਕੇ ਗਏ ਸੀਗੇ ਬਣਾ ਕੇ ਇਹ। ਅੱਛਾ, ਅਤੇ ਉੱਥੇ ਜਾ ਕੇ ਇਹਨਾਂ ਨੇ, ਉਦੋਂ ਬਾਅਦ ਹੁਣ ਤੱਕ ਨਹੀਂ ਬਣਿਆ। ਠੀਕ ਹੈ, ਅਤੇ ਜਿਹੜੇ ਇੱਥੇ ਨਗਰ ਕੌਂਸਲ ਦਾ ਹੋਰ ਕਲਰਕ ਵਗੈਰਾ ਸਟਾਫ ਆ ਗਏ ਜਾਂ MCਾਂ ਵਗੈਰਾ ਦੀ ਤਨਖਾਹ ਆ ਗਈ, ਉਹ ਪਈ ਜਾਂਦੀ ਆ? ਕਲਰਕਾਂ ਦੀ ਤਾਂ ਨਹੀਂ ਪੈ ਰਹੀ ਜੀ, MCਾਂ ਦੀ ਉਹ ਤੋਂ ਪਹਿਲਾਂ 4-4 ਮਹੀਨੇ।